ਬਿਕਰਮਜੀਤ ਮਜੀਠੀਏ ਤੇ ਇੱਕ ਝੂਠੀ ਮੁੱਠੀ ਜੀ ਕਾਰਵਾਈ ਹੋਊਗੀ ਬਿਲਕੁਲ ਨੇੜੇ ਜਾ ਕੇ। ਉਹ ਤੋਂ ਬਾਅਦ ਚੰਨੀ ਸਰਕਾਰ ਜਿਹੜੀ ਹੈ ਉਹ ਉਹਨੂੰ ਮੌਕਾ ਦੇਊਗੀ ਕਿ ਤੂੰ ਬੇਲ ਲੈ ਲਾ, ਐਂਟੀਸਪੇਟਰੀ ਬੇਲ ਲੈ ਲਾ। ਇਹ ਪਹਿਲੀ ਵਾਰ ਹੋਇਆ ਇੰਡੀਆ ਦੇ ਇਤਿਹਾਸ 'ਚ ਕਿ ਐਂਟੀਸਪੇਟਰੀ ਬੇਲ ਜਿਹੜੀ ਹੈ ਉਹ ਕੈਂਸਲ ਹੋ ਗਈ। ਮਾਣਯੋਗ ਮੋਹਾਲੀ ਦੀ ਅਦਾਲਤ ਨੇ ਰਾਹਤ ਨਹੀਂ ਦਿੱਤੀ, ਫਿਰ ਵੀ ਬੰਦੇ ਨੂੰ 20-22 ਦਿਨ ਨਾ ਗ੍ਰਿਫਤਾਰ ਕੀਤਾ ਗਿਆ ਨਾ ਕਿਤੇ ਕੋਈ ਸਰਚ ਵਾਸਤੇ ਛਾਪੇ ਮਾਰੇ ਗਏ, ਕਿਉਂਕਿ ਉਹਨੂੰ 20-22 ਦਿਨ ਦੇਣੇ ਪੈਣੇ ਸੀਗੇ। ਗੱਲ ਹੋਈ ਸੀ ਇਹਨਾਂ ਦੀ ਕਿ ਮੈਨੂੰ ਹਾਈਕੋਰਟ ਦੇ ਵਿੱਚ ਪਾ ਲੈਣ ਦਿਓ ਐਂਟੀਸਪੇਟਰੀ ਬੇਲ ਵਾਸਤੇ ਅਰਜ਼ੀ, ਜਿਸ ਦਿਨ ਮੇਰੀ ਅੰਤਰਿਮ ਜ਼ਮਾਨਤ ਹੋ ਗਈ ਉਸ ਤੋਂ ਬਾਅਦ ਫਿਰ ਮੈਂ ਸਾਹਮਣੇ ਆ ਜਾਊਂਗਾ। ਬਿਲਕੁਲ ਉਹੀ ਹੋਇਆ, ਅਸੀਂ ਇਹ ਵਾਰ ਵਾਰ ਕਹਿੰਦੇ ਰਹੇ ਕਿਉਂਕਿ ਬਿਕਰਮਜੀਤ ਮਜੀਠੀਆ ਕੋਲ ਚੰਨੀ ਸਾਹਿਬ ਗਏ ਸੀ ਆਪਣੇ ਭਰਾ ਨੂੰ ਬਚਾਉਣ ਲਈ, ਕਿਉਂਕਿ ਉਹਨਾਂ ਦਾ ਨਾਮ ਸਿਟੀ ਸੈਂਟਰ ਘੁਟਾਲਾ ਲੁਧਿਆਣੇ ਦੇ ਵਿੱਚ ਨਾਮ ਸੀਗਾ। ਇਹ ਗੱਲ ਬਿਕਰਮਜੀਤ ਮਜੀਠੀਆ ਜੀ ਨੇ ਬੋਲੀ ਵੀ ਹੋਈ ਹੈ ਉੱਥੇ ਵਿਧਾਨ ਸਭਾ 'ਚ, ਔਨ ਰਿਕਾਰਡ ਹੈ ਕਿ ਉਦੋਂ ਤੁਸੀਂ ਮੇਰੇ ਚੱਕਰ ਕੱਢਦੇ ਹੁੰਦੇ ਸੀ। ਸੋ ਉਹਨਾਂ ਨੇ ਜਿਹੜਾ ਅਹਿਸਾਨ ਕੀਤਾ ਚਰਨਜੀਤ ਚੰਨੀ ਜੀ 'ਤੇ ਕਿ ਉਹਨਾਂ ਦੇ ਭਰਾ ਨੂੰ ਬਚਾਇਆ ਸਿਟੀ ਸੈਂਟਰ ਵਾਲੇ ਘੁਟਾਲੇ 'ਚੋਂ, ਤਾਂ ਫਿਰ ਉਹਦਾ ਕਰਜ਼ਾ ਉਹਦਾ ਨਿਆਉਂਦਾ ਜਿਹੜਾ ਉਹ ਵਾਪਸ ਮੋੜਿਆ ਚਰਨਜੀਤ ਚੰਨੀ ਨੇ ਬਿਕਰਮਜੀਤ ਮਜੀਠੀਏ ਨੂੰ ਝੂਠੀ ਮੁੱਠੀ ਇੱਕ ਪਰਚਾ ਪਾ ਕੇ ਉਹ ਤੋਂ ਬਾਅਦ ਉਹਨੂੰ ਐਂਟੀਸਪੇਟਰੀ ਬੇਲ ਦਿਵਾਉਣ ਦਾ ਮੌਕਾ ਦੇ ਕੇ। ਬਿਲਕੁਲ ਇੱਦਾਂ ਹੀ ਰਾਜਾ ਵੜਿੰਗ ਜੀ ਨੇ ਕੀਤਾ, ਉਹ ਬਾਦਲਾਂ ਦੀਆਂ ਬੱਸਾਂ ਫੜੀ ਗਏ, ਫੇਸਬੁੱਕ 'ਤੇ ਕਮੈਂਟ ਪੜ੍ਹੀ ਗਏ, ਕਿਆ ਬਾਤ ਹੈ, ਕਮਾਲ ਹੋ ਗਈ ਕਮਾਲ ਹੋ ਗਈ। ਮੈਂ ਇਹ ਵਾਰ ਵਾਰ ਗੱਲ ਕਹਿੰਦਾ ਰਿਹਾ, ਇਹ ਕੱਚੇ ਪੈਰੀਂ ਹੱਥ ਪਾਉਂਦੇ ਨੇ, ਇਹ ਪੱਕੇ ਸਬੂਤਾਂ ਨਾਲ ਹੱਥ ਨਹੀਂ ਪਾਉਂਦੇ। ਕੋਰਟ ਜਿਹੜੀ ਹੈ ਉਹਨਾਂ ਦੇ ਲਾਇਸੈਂਸ ਜਿਹੜੇ ਇਹਨਾਂ ਨੇ ਰੱਦ ਕੀਤੇ ਨੇ ਉਹ ਬਹਾਲ ਕਰੂਗੀ। ਅੱਜ ਰਾਜਾ ਵੜਿੰਗ ਜੀ ਨੂੰ ਪੁੱਛਣਾ ਚਾਹੁੰਦਾ ਕਿੰਨੀਆਂ ਬੱਸਾਂ ਨੇ ਜਿਨ੍ਹਾਂ ਦੇ ਪਰਮਿਟ ਰੱਦ ਰਹਿ ਗਏ, ਸਾਰੀਆਂ ਬੱਸਾਂ ਕਲੀਅਰ ਹੋ ਗਈਆਂ, ਜਿਵੇਂ ਬਿਕਰਮਜੀਤ ਮਜੀਠੀਆ ਕਲੀਅਰ ਹੋ ਗਏ। ਲੋਕਾਂ ਨੂੰ ਹੁਣ ਕਹਿਣ ਜੋਗੇ ਹੋ ਗਏ ਕਿ ਅਸੀਂ ਤਾਂ ਜੀ ਦੇਖੋ ਬਹੁਤ ਐਫਰਟ ਕੀਤੀ ਸੀ ਪਰ ਕੋਡ ਲੱਗ ਗਿਆ। 111 ਇਹਨਾਂ ਨੇ ਸਰਕਾਰ ਚਲਾਈ ਹੈ, ਸਰਕਾਰ ਤਾਂ ਕਾਹਦੀ ਚਲਾਈ ਹੈ, ਸਰਕਸ ਹੀ ਚਲਾਈ ਹੈ। 111 ਦਿਨਾਂ 'ਚ 4 DGP ਬਦਲਤੇ,